ਕਾਰ ਬਣਨ ਤੋਂ ਬੀਬੀ ਦੇ ਖਾਤੇ 'ਚ 1000 ਰੁਪਇਆ ਆਉਣਾ ਸ਼ੁਰੂ ਹੋ ਜਾਏਗਾ। 2 ਸਾਲ ਹੋ ਗਏ, ਇਲੈਕਸ਼ਨ ਆਉਣ ਵਾਲੀ ਹੈ, ਐਤਕੀ ਉਮੀਦ ਸੀਗੀ ਬਜਟ ਹੈ ਦਿੱਲੀ ਵਿੱਚ ਤਾਂ ਇਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਕੇਜਰੀਵਾਲ ਸਾਹਿਬ ਨੇ ਕਿ 1000 ਰੁਪਏ ਦੇਣ ਜਾ ਰਹੇ ਹਾਂ। ਪੰਜਾਬ ਦੇ ਵਿੱਚ ਸ਼ਾਇਦ ਲੋਕਾਂ ਨੂੰ ਉਮੀਦ ਸੀਗੀ, ਬੀਬੀਆਂ ਨੂੰ ਵੀ ਉਮੀਦ ਸੀ, ਪਰ ਅੱਜ ਅਸੀਂ ਜਿਹੜੇ ਇੱਕ ਮੰਤਰੀ ਨੇ ਜਿਹ ਨਾਲ ਅਸੀਂ ਗੱਲਬਾਤ ਕੀਤੀ ਜਿੰਪਾ ਸਾਹਿਬ, ਉਹ ਕਹਿੰਦੇ ਵੀ 1000 ਰੁਪਏ ਵੀ ਕਰ ਦਾਂਗੇ ਪਰ ਅਸੀਂ 45000 ਰੁਪਏ ਜਿਹੜਾ ਸਾਲ ਦਾ ਬਿਜਲੀ ਦਾ ਬਿੱਲ ਨਹੀਂ ਹੁੰਦਾ ਉਹ ਬਚਾਤਾ, ਉਹ ਤੋਂ ਵੀ ਬੀਬੀਆਂ ਖੁਸ਼ ਨੇ। ਉਹ ਤਾਂ ਫਿਰ ਆਪੋ ਆਪਣੀ ਉਹ ਹੁੰਦਾ ਨਾ ਕਿ ਗੱਲ ਦਾ ਜਵਾਬ ਸਿੱਧਾ ਸਟੀਕ ਦੇਣਾ ਨਹੀਂ ਜੋ ਚਾਹੁੰਦੇ ਹਾਂ, ਕਿਉਂਕਿ ਪਹਿਲਾਂ ਕੁਝ ਹੋਰ ਕਿਹਾ ਜਾਂਦਾ ਜਦੋਂ ਅਸੀਂ ਸੱਤਾ 'ਚ ਨਹੀਂ ਹੁੰਦੇ, ਜਦੋਂ ਸੱਤਾ 'ਚ ਆ ਜਾਂਦੇ ਉਦੋਂ ਔਖਾ ਹੋ ਜਾਂਦਾ। ਤੁਸੀਂ ਦਿੱਲੀ ਦੀ ਗੱਲ ਕੀਤੀ ਆ, ਉੱਥੇ ਹੋ ਗਿਆ, ਇੱਧਰ ਹਿਮਾਚਲ ਗੁਆਂਢ ਦੇ ਵਿੱਚ ਉਹਨਾਂ ਨੇ ਤਾਂ ਉਦੋਂ ਵੀ 500 ਵਧਾਤਾ, ਕਹਿੰਦੇ 1500 ਮਹੀਨੇ ਦਾ ਦੇਵਾਂਗੇ। ਅਤੇ ਜਿਹੜਾ ਜਿੱਥੇ ਤੱਕ ਗਈ ਗੱਲ ਪੰਜਾਬ ਦੀ, ਹੁਣ 24 ਮਹੀਨੇ ਤਾਂ ਬੀਤ ਗਏ ਲਗਭਗ, ਅਤੇ ਅਗਲਾ ਸਾਲ ਵੀ ਲੱਗਦਾ ਸੁੱਕਾ ਹੀ ਲੰਘਣਾ। ਔਰ ਜਿਵੇਂ ਤੁਸੀਂ ਜਿੰਪਾ ਸਾਹਿਬ ਦੀ ਗੱਲ ਕੀਤੀ, ਜਦੋਂ ਅਸੀਂ ਉਹਨਾਂ ਨੂੰ ਇੰਟਰਵਿਊ ਕੀਤਾ ਤਾਂ ਉਹ ਦਲੀਲ ਦੇ ਰਹੇ ਸਨ ਕਿ ਬੀਬੀਆਂ ਦੇ ਖਾਤੇ 'ਚ ਤਾਂ ਸਮਝੋ ਪੈਸੇ ਚਲੇ ਗਏ, ਕਿਉਂਕਿ ਜਿਹੜਾ ਬਿਜਲੀ ਦਾ ਬਿੱਲ ਇੰਨੇ ਇੰਨੇ 1000 ਰੁਪਈਏ ਆਉਂਦਾ ਸੀ ਉਹ ਤਾਂ ਮੁਫ਼ਤ ਆਉਂਦਾ, ਜੀਰੋ ਆਉਂਦਾ, ਤਾਂ ਉੱਥੇ ਬੀਬੀਆਂ ਛੱਡੋ ਸਾਰੇ ਟੱਬਰ ਦੇ ਖਾਤਿਆਂ 'ਚ ਚਲੇ ਗਏ ਇਸ ਹਿਸਾਬ ਦੇ ਨਾਲ, ਅਤੇ ਉਹਨਾਂ ਨੇ ਇਹ ਤਰਕ ਦਿੱਤਾ। ਪਰ ਸਭ ਤੋਂ ਵੱਡੀ ਗੱਲ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ, ਵਿਰੋਧੀ ਧਿਰ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ, ਕਾਂਗਰਸ ਦੇ ਵਿਧਾਇਕ ਜਾਂ ਹੋਰ ਵੀ ਕਈ ਵਿਧਾਇਕ, ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਵਿਧਾਇਕ ਨੇ, ਚਾਹੇ ਸੁਖਵਿੰਦਰ ਸੁੱਖੀ ਨੇ ਜਾਂ ਫਿਰ ਮਨਪ੍ਰੀਤ ਸਿੰਘ ਅਯਾਲੀ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਕੀਤਾ ਹੈ ਕਿ ਗੱਲਾਂ ਤਾਂ ਬਹੁਤ ਕਰਦੇ ਸੀ ਪਰ 1000 ਰੁਪਈਏ ਵਾਲੀ ਗੱਲ ਕਿੱਥੇ ਹੈ, ਬੀਬੀਆਂ ਦੇ ਖਾਤੇ 'ਚ 1000 ਕਿਉਂ ਨਹੀਂ ਆਇਆ। ਹਾਲਾਂਕਿ ਗਰੰਟੀਆਂ ਤਾਂ ਹੋਰ ਵੀ ਬਹੁਤ ਨੇ ਜਿਹੜੀਆਂ ਸਰਕਾਰ ਨੇ ਹਾਲੇ ਪੂਰੀਆਂ ਕਰਨੀਆਂ, ਪਰ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ, ਕਿਉਂਕਿ ਵਰਗ ਵੱਡਾ, ਕਿਉਂਕਿ ਵੋਟਰ ਸੂਚੀ ਦੇ ਵਿੱਚ ਬੀਬੀਆਂ ਦੀ ਗਿਣਤੀ ਬਹੁਤ ਵੱਡੀ ਹੈ ਅਤੇ ਵੋਟਾਂ ਆਉਣ ਵੀ ਵਾਲੀਆਂ, ਜਦੋਂ ਕੋਈ ਵੋਟਾਂ ਆਉਂਦੀਆਂ ਤਾਂ ਉਦੋਂ ਇਹ ਕਿਹਾ ਜਾਂਦਾ ਕਿ ਹੋ ਸਕਦਾ, ਕਿਉਂਕਿ ਸੰਭਾਵਨਾ ਸੀ ਕਿ ਸਰਕਾਰ ਖੁਸ਼ ਕਰ ਸਕਦੀ ਹੈ ਬੀਬੀਆਂ ਨੂੰ ਇਹ ਸਕੀਮ ਲਾਗੂ ਕਰਕੇ ਜਾਂ ਗਰੰਟੀਆਂ ਲਾਗੂ ਕਰਕੇ। ਪਰ ਇੱਥੇ ਇਹ ਦੱਸਣਾ ਜ਼ਰੂਰ ਬਣਦਾ ਹੈ ਕਿ ਬੇਸ਼ੱਕ ਅੱਜ ਕਿਤੇ ਵੀ ਉਸ ਸਾਰੇ ਬਜਟ ਦੇ ਵਿੱਚ ਜਿਹੜੀ ਬੁੱਕ ਹੈ ਉਹਦੇ ਵਿੱਚ ਨਹੀਂ ਕਿਤੇ ਵੀ ਲਿਖਿਆ ਕਿ ਬੀਬੀਆਂ ਦੇ 1000 ਅਸੀਂ ਦੇਣਾ, ਪਰ ਉੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਵੱਖ ਵੱਖ ਸਮਾਜ ਭਲਾਈ ਸਕੀਮਾਂ ਨੇ ਉਸ ਦੇ ਵਿੱਚ 9,88 ਕਰੋੜ ਰੁਪਈਆ ਕਰੀਬ ਰਕਮ ਬਣਦੀ ਹੈ ਜਿਹੜੀ 2024-25 ਦੇ ਲਈ ਰੱਖੀ ਗਈ ਹੈ। ਤਾਂ ਇਹ ਹੋ ਸਕਦਾ ਕਿ ਜਦੋਂ ਵਿਰੋਧੀ ਫਿਰ ਘੇਰਨਗੇ ਕੱਲ੍ਹ ਨੂੰ ਵਿਧਾਨ ਸਭਾ ਦੇ ਅੰਦਰ, ਅਤੇ ਉੱਥੇ ਹੋ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੂੰਹੋਂ ਇਸ ਦਾ ਐਲਾਨ ਕਰ ਦੇਣ ਕਿ ਅਸੀਂ ਇਹ ਜਿਹੜੀ ਰਕਮ ਰੱਖੀ ਹੈ ਕੋਈ ਉਡਾਉਣ ਵਾਸਤੇ ਵਿਆਹਾਂ 'ਚ ਥੋੜ੍ਹੀ ਰੱਖੀ ਹੈ, ਇਹ ਅਸੀਂ ਇਸੇ ਵਾਸਤੇ ਰੱਖੀ ਹੈ ਕਿ ਕਿਹੜੇ ਵਰਗ ਦਾ ਕੀ ਭਲਾ ਕਰਨਾ ਹੈ। ਤਾਂ ਹੋ ਸਕਦਾ ਉਸ ਦੇ ਵਿੱਚ ਖੁਦ ਮੁੱਖ ਮੰਤਰੀ ਇਸ ਦੀ ਅਨਾਊਂਸਮੈਂਟ ਕਰ ਦੇਣ। ਪਰ ਜਿੱਥੋਂ ਤੱਕ ਰਹੀ ਗੱਲ ਬੀਬੀਆਂ ਦੇ ਖਾਤੇ ਵਿੱਚ 1000 ਆਵੇਗਾ ਜੋ ਪੰਜਾਬੀ 'ਚ ਆਮ ਬੋਲਚਾਲ ਦੇ ਵਿੱਚ ਪ੍ਰਚਾਰ 'ਚ ਕਿਹਾ ਗਿਆ, ਉਹ ਕਿਤੇ ਨਹੀਂ ਸੀ ਲਿਖਿਆ ਹੋਇਆ। ਇੱਥੇ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ 9,88 ਕਰੋੜ ਰੁਪਈਆ ਜਿਹੜਾ ਵੱਖ ਵੱਖ ਸਮਾਜ ਭਲਾਈ ਸਕੀਮਾਂ ਲਈ ਰੱਖਿਆ ਗਿਆ ਉਹਦੇ ਵਿੱਚ ਹੁਣ ਬੀਬੀਆਂ ਦੇ ਹਿੱਸੇ ਕਿੰਨੇ ਆਉਂਦੇ ਆ 2024-25 ਦੇ ਵਿੱਚ, ਇਹ ਦੇਖਣ ਵਾਲੀ ਗੱਲ ਹੋਣੀ ਹੈ। ਅਤੇ ਜਿੱਥੋਂ ਤੱਕ ਇਹ ਗੱਲ ਬੀਬੀਆਂ ਦੇ ਮੁਫ਼ਤ ਸਫ਼ਰ ਦੀ, ਕਿਉਂਕਿ ਜਦੋਂ ਵੀ ਕਿਹਾ ਗਿਆ ਇਹੀ ਕਿਹਾ ਗਿਆ ਕਿ ਪਿਛਲੇ 70 ਸਾਲਾਂ 'ਚ ਕੁਝ ਨਹੀਂ ਹੋਇਆ, ਜੋ ਕੀਤਾ ਅਸੀਂ ਇਹਨਾਂ 2 ਸਾਲਾਂ 'ਚ ਕੀਤਾ, ਜਦੋਂ ਦਾ ਸੈਸ਼ਨ ਸ਼ੁਰੂ ਹੋਇਆ ਇਹਦੇ ਵਿੱਚ ਵੀ ਇਹੀ ਬੋਲਬਾਲਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਜਾਂ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਵਾਰ ਵਾਰ ਕਹਿੰਦੇ ਰਹੇ ਆ, ਜਿਵੇਂ ਬੀਜੇਪੀ ਸੈਂਟਰ 'ਚ ਕਹਿੰਦੀ ਹੈ ਕਿ ਪਿਛਲੇ 70 ਸਾਲਾਂ 'ਚ ਕੁਝ ਨਹੀਂ ਹੋਇਆ, ਜੋ ਕੀਤਾ ਸੱਤਾ 'ਚ ਆਉਣ ਤੋਂ ਬਾਅਦ ਅਸੀਂ ਕੀਤਾ। ਇੱਥੇ ਦੱਸਣਾ ਬਣਦਾ ਕਿ ਜੇਕਰ 70 ਸਾਲਾਂ 'ਚ ਕੁਛ ਨਹੀਂ ਹੋਇਆ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਿਹੜੇ ਬੀਬੀਆਂ ਦਾ ਬੱਸ ਸਫ਼ਰ ਆ ਜਿਹੜਾ ਮੁਫ਼ਤ ਕੀਤਾ ਗਿਆ ਸੀ, ਕਿ ਉਹਨੂੰ ਸਕੀਮ ਨੂੰ ਤੁਸੀਂ ਬੰਦ ਕੀਤਾ ਜਾਂ ਕੋਈ ਉਸ ਤੋਂ ਅਲੱਗ ਕੁਝ ਗੱਲ ਕੀਤੀ, ਉਸ ਨੂੰ ਤੁਸੀਂ ਅੱਗੇ ਚਲਾ ਰਹੇ ਹੋ, ਹੋਰ ਕਿਹੜੀ ਪਾਲਿਸੀ ਹੈ ਜਾਂ ਕਿਹੜੀ ਨੀਤੀ ਹੈ ਜਿੱਥੇ ਤੁਸੀਂ ਬਦਲੇ ਹੋ, ਚਾਹੇ ਉਹ ਕਿਸਾਨਾਂ ਵਾਲੀ ਹੈ ਉੱਥੇ ਵੀ ਬਜਟ ਨਿਗੂਣਾ ਜਿਹਾ, ਜਿਹੜੀ ਗੜੇਮਾਰੀ ਹੋ ਗਈ ਹੈ ਜਾਂ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ, ਮਹਿਜ 130 ਕਰੋੜ ਰੁਪਈਆ ਰੱਖਿਆ ਗਿਆ, ਇੰਨਾ ਤਾਂ ਇੱਕ ਸੀਜ਼ਨ ਦੀ ਫਸਲ ਮਾਰੀ ਜਾਂਦੀ ਹੈ। ਕਿਸਾਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਾਡੇ ਤਾਂ ਪਹਿਲਾਂ ਵਾਲੀ ਜਿਹੜੇ ਮੁਆਵਜ਼ੇ ਨਹੀਂ ਮਿਲੇ, ਉਤੋਂ ਹੋਰ ਆਫਤ ਆ ਗਈ ਹੈ ਅਤੇ ਸਾਡੀ ਫਸਲ ਮਾਰੀ ਗਈ। 40-40 ਰੁਪਏ ਜੁਰਮਾਨਾ ਦਿੱਤਾ ਜਾ ਰਿਹਾ, ਚੈੱਕ ਵੰਡੇ ਜਾ ਰਹੇ ਨੇ, ਲਓ ਜੀ ਤੁਹਾਡੀ ਫਸਲ ਖਰਾਬ ਹੋ ਗਈ ਹੈ, 40 ਰੁਪਏ, 35 ਰੁਪਏ।
ਮੁਆਵਜ਼ੇ ਦੇ ਰੂਪ ਦੇ ਵਿੱਚ ਜਿਹੜਾ ਉਹ ਸੁਲਤਾਨਪੁਰ ਲੋਧੀ ਵਾਲੇ ਜਿਹੜੇ ਵਿਧਾਇਕ ਹੈ ਆਜ਼ਾਦ ਜਿਹੜੇ ਜਿੱਤੇ ਸਨ ਰਾਣਾ ਇੰਦਰ ਪ੍ਰਤਾਪ ਸਿੰਘ, ਉਹਨਾਂ ਨੇ ਕਿਹਾ ਕਿ ਸਾਡੇ ਖਾਤੇ 'ਚ ਜਿਹੜੇ ਹਲਕੇ ਦੇ ਖਾਤੇ ਪੈਸੇ ਆਏ ਨੇ ਉੱਥੇ ਤਾਂ ਹਿੱਸੇ ਦੇ ਇੱਕ ਕਿਸਾਨ ਦੇ ਬਣਦੇ ਹੀ 42 ਰੁਪਈਏ, ਇਹਦੇ ਨਾਲ ਕੀ ਬਣਨਾ ਹੈ? 42 ਰੁਪਈਏ ਵੱਧ ਨਾਲ ਤਾਂ ਕਿਸਾਨ ਜਿਹੜਾ ਦਾਨ ਕਰ ਦਿੰਦਾ। ਪਰ ਜਿੱਥੇ ਅਸੀਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਸਕੀਮਾਂ 'ਚ ਬਦਲਾਅ ਕਿੱਥੇ ਕੀਤਾ, ਉਹ ਮੈਂ ਗੱਲ ਕਰ ਰਿਹਾ ਸੀ ਕਿ ਇੱਕ ਬਜਟ ਦੇ ਵਿੱਚ ਇੱਕ ਅੱਗੇ ਜਾ ਕੇ ਗੱਲ ਲਿਖੀ ਹੋਈ ਹੈ ਬੀਬੀਆਂ ਦੇ ਮੁਫ਼ਤ ਸਫ਼ਰ ਵਾਲੀ, ਕਿ ਅਸੀਂ ਤਕਰੀਬਨ 450 ਕਰੋੜ ਰੁਪਈਆ ਪਹਿਲਾਂ ਜਿਹੜਾ ਇਸਦਾ ਨਿਯਮਤ ਨਿਸ਼ਚਿਤ ਕੀਤਾ ਹੋਇਆ ਸੀ ਜਿਹੜਾ ਅਸੀਂ ਖਰਚਿਆ, ਅਤੇ ਅੱਗੇ ਵੀ ਇਸੇ ਤਰ੍ਹਾਂ ਸਕੀਮ ਜਾਰੀ ਰਹੇਗੀ ਅਤੇ ਬੀਬੀਆਂ ਦਾ ਮੁਫ਼ਤ ਸਫ਼ਰ ਆ ਜਿਹੜਾ ਜਾਰੀ ਰਹੇਗਾ। ਔਰ 11 ਕਰੋੜ ਬੀਬੀਆਂ ਪੰਜਾਬ ਦੀ, ਜਿਹੜਾ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਨੇ ਇਸ ਸਫ਼ਰ ਦਾ ਆਨੰਦ ਮਾਣਿਆ, ਜਾਏ ਕਹਿ ਲਈਏ ਕਿ ਇਸ ਸਫ਼ਰ ਦੀ ਸਹੂਲਤ ਲਈ ਹੈ, ਜਿਹੜਾ ਮੁਫ਼ਤ ਸਫ਼ਰ ਚਾਲੂ ਕੀਤਾ ਹੋਇਆ। ਜਿਹੜਾ ਹਰਪਾਲ ਸਿੰਘ ਚੀਮਾ ਬੜੇ ਡਿੰਗਾਂ ਮਾਰਦੇ ਹੁੰਦੇ ਸੀ ਕਿ ਪੰਜਾਬ ਸਰਕਾਰ ਕੋਲ ਪੈਸੇ ਦੀ ਕਮੀ ਨਹੀਂ ਹੈਗੀ, ਬੜਾ ਮਾਲੀ ਆ, ਬਹੁਤ ਖਜ਼ਾਨੇ ਭਰਪੂਰ ਨੇ, ਪਰ ਹੁਣ 1000 ਰੁਪਏ ਦੇ ਹੀ ਦਿੰਦੇ ਜਾਂ ਵੀ ਖਤਮ ਕਰ ਦਿੰਦੇ। ਇਹੀ ਤਾਂ ਗੱਲ ਹੈ ਕਿ ਖਜ਼ਾਨੇ ਦੇ ਵਿੱਚ ਕਿਹਾ ਜ਼ਰੂਰ ਜਾ ਰਿਹਾ ਕਿ ਖਾਲੀ ਨਹੀਂ ਹੈ, ਸਾਡੇ ਕੋਲ ਬਹੁਤ ਪੈਸਾ, ਪਰ ਜਦੋਂ ਵੰਡਣ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਫਿਰ ਕੁਛ ਨਹੀਂ ਦਿਖਦਾ। ਭਾਵੇਂ ਬੇਸ਼ੱਕ ਗਿਣਤੀਆਂ ਮਿਣਤੀਆਂ ਦੇ ਜ਼ਰੀਏ ਕਿ ਇੰਨੇ ਪ੍ਰਤੀਸ਼ਤ ਵਾਧਾ ਹੋ ਗਿਆ, ਫਲਾਣਾ ਹੋ ਗਿਆ, ਇਹ ਜੋੜ ਤੋੜ ਅੰਕੜਿਆਂ ਦੇ ਵਿੱਚ ਹੇਰ ਫੇਰ ਕਰਕੇ ਵਾਧੇ ਜ਼ਰੂਰ ਸ਼ੋ ਕੀਤੇ ਜਾ ਸਕਦੇ ਆ, ਪਰ ਅਸਲੀ ਹਕੀਕਤ ਤਰੱਕੀ ਹੋ ਰਹੀ ਹੈ, ਵਿਕਾਸ ਹੋ ਰਿਹਾ ਕਿ ਨਹੀਂ ਹੋ ਰਿਹਾ, ਲੋਕਾਂ ਨੂੰ ਅਸੀਂ ਕੀ ਦੇ ਰਹੇ ਹਾਂ, ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ। ਇੱਥੇ ਇੱਕ ਗੱਲ ਦੀ ਉਦਾਹਰਨ ਹੋਰ ਦੇਣੀ ਚਾਹੀਦੀ ਹੈ ਕਿ ਮੈਡੀਕਲ ਅਤੇ ਐਜੂਕੇਸ਼ਨ ਦੀ ਬੜੀ ਗੱਲ ਹੁੰਦੀ ਹੈ ਕਿ ਸਕੂਲੀ ਸਿੱਖਿਆ ਅਸੀਂ ਸਕੂਲ ਆਫ ਫੈਮੀਨੈਂਸ ਬਣਾ ਦਿੱਤੇ, ਇਹਨਾਂ ਦੇ ਸਕੂਲ ਆਫ ਫੈਮੀਨੈਂਸ ਦਾ ਜਿੱਥੇ ਉਦਘਾਟਨ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਉੱਥੇ ਹੀ ਕੁੰਵਰ ਵਿਜੇ ਪ੍ਰਤਾਪ ਨੇ ਉਸ ਦਾਅਵੇ ਦੀ ਹਵਾ ਕੱਢਤੀ ਸੀ, ਅਤੇ ਇੱਥੇ ਅੱਜ ਇਹ ਦੱਸਿਆ ਗਿਆ ਉਸ ਬਜਟ ਸੈਸ਼ਨ ਦੇ ਵਿੱਚ ਬਜਟ ਪੇਸ਼ ਕਰਦੇ ਹੋਇਆਂ ਕਿ ਅਸੀਂ ਕਿੰਨੇ ਐਮੀਨਸ ਸਕੂਲ ਆ ਜਿਹੜੇ ਉਹ ਚਲਾ ਦਿੱਤੇ ਆ ਅਤੇ ਕਿੰਨੇ ਚਲਾਉਣੇ ਆ, 14 ਦੇ ਕਰੀਬ ਕਹਿੰਦੇ ਅਸੀਂ ਚਲਾ ਦਿੱਤੇ ਆ, 118 ਦੇ ਕਰੀਬ ਅਸੀਂ ਹੋਰ ਚਲਾ ਦੇਣੇ ਆ, ਮੁਹੱਲਾ ਕਲੀਨਿਕ ਵੀ ਆ ਜਿਹੜੇ 800 ਤੋਂ ਵੱਧ ਬਣ ਚੁੱਕੇ ਆ, ਤਾਂ ਜਿੱਥੋਂ ਤੱਕ ਰਹੀ ਗੱਲ 4 ਮੈਡੀਕਲ ਕਾਲਜਾਂ ਦੀ, ਤਾਂ ਚਾਹੇ ਉਹਦੇ ਵਿੱਚ ਮਸਤੂਆਣਾ ਦਾ ਹੋਵੇ, ਕਪੂਰਥਲਾ ਹੋਵੇ ਜਾਂ ਹੁਸ਼ਿਆਰਪੁਰ ਹੋਵੇ, ਤਾਂ ਜਿਹੜੇ ਕਾਲਜਾਂ ਦੀ ਗੱਲ ਚੱਲਦੀ ਹੈ ਮੈਡੀਕਲ ਕਾਲਜਾਂ ਦਾ, ਇਹ ਇੱਕ ਲਾਈਨ ਪੰਜਾਬੀ ਦੇ ਵਿੱਚ ਵੀ ਅਤੇ ਇੰਗਲਿਸ਼ ਦੇ ਵਿੱਚ ਵੀ ਬਜਟ ਦੇ ਵਿੱਚ ਲਿਖੀ ਗਈ ਹੈ ਸਾਫ਼ ਸਾਫ਼ ਕਿ ਅਸੀਂ ਇਹਨਾਂ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰਾਂਗੇ 2024-25 'ਚ। ਹਾਲੇ ਕੋਸ਼ਿਸ਼ ਦੀ ਗੱਲ ਲਿਖੀ ਗਈ ਹੈ, ਇਹ ਨਹੀਂ ਕਿਹਾ ਗਿਆ ਕਿ ਉੱਥੇ ਐਡਮਿਸ਼ਨ ਹੋਵੇਗੀ, ਉੱਥੇ ਜਵਾਕ ਪੜ੍ਹਨਗੇ, ਮੈਡੀਕਲ ਸਿੱਖਿਆ ਹਾਸਲ ਕਰ ਸਕਦੇ ਆ। ਉਹ ਜਿਹੜੇ 4 ਕਾਲਜਾਂ ਦਾ ਵਾਅਦਾ ਕੀਤਾ ਗਿਆ ਸੀ, ਹਾਲੇ ਉਹਨਾਂ ਦੇ ਨੀਂਹ ਪੱਥਰ ਹੀ ਰੱਖੇ ਗਏ ਆ, ਜਾਂ ਥੋੜ੍ਹਾ ਬਹੁਤਾ ਸ਼ਾਇਦ ਉਸਾਰੀ ਦਾ ਕੰਮ ਹੋਇਆ ਕਿ ਨਹੀਂ ਹੋਇਆ, ਪਰ ਉਸ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਚਾਲੂ ਕੀਤਾ ਜਾਵੇ। ਇਹ ਕੋਸ਼ਿਸ਼ ਹੀ ਹੁੰਦੀ ਰਹੇਗੀ ਤਾਂ ਫਿਰ ਇਸ ਦਾ ਮਤਲਬ ਇਹ ਹੈ ਕਿ 2024-25 ਦੀਆਂ ਜਿਹੜੀਆਂ ਐਡਮਿਸ਼ਨਾਂ ਹੋਣੀਆਂ ਉਹ ਵੀ ਨਹੀਂ ਹੋਣਗੀਆਂ, ਅਤੇ ਹੋ ਸਕਦਾ 25-26 ਦੇ ਵਿੱਚ ਵੀ ਇਹ ਚਾਲੂ ਹੋਵੇ ਐਡਮਿਸ਼ਨ ਕਿ ਨਾ ਹੋਵੇ ਉਹਨਾਂ ਕਾਲਜਾਂ 'ਚ। ਮੋਟੀ ਜੀ ਗੱਲ ਇਹ ਦੱਸੋ, ਜਿਹੜਾ ਅੱਜ ਬਜਟ ਪੇਸ਼ ਹੋਇਆ, ਨਵਾਂ ਪੰਜਾਬ ਨੂੰ ਕੀ ਮਿਲਿਆ ਜਿਹੜੇ ਸਾਡੇ ਦਰਸ਼ਕਾਂ ਨੂੰ ਨਹੀਂ ਪਤਾ? ਨਵਾਂ ਜੇ ਕਹੀਏ ਤਾਂ ਚਾਹੇ ਉਹ ਵਿਰੋਧੀ ਧਿਰ ਦੇ ਜਿਹਨਾਂ ਅਨੈਲਿਸਿਸ ਕੀਤਾ ਜਾਂ ਮਾਹਰ ਜਿਹੜਾ ਵਿਸ਼ਲੇਸ਼ਣ ਕਰ ਰਹੇ ਉਹਨਾਂ ਦੇ ਮੁਤਾਬਕ ਨਵਾਂ ਤਾਂ ਕੁਝ ਵੀ ਨਹੀਂ ਹੈ। ਜੇ ਨਵਾਂ ਕੁਛ ਹੈ ਤਾਂ ਉਸ ਦੇ ਵਿੱਚ ਕੁਛ ਸਕੀਮਾਂ ਨੇ, ਜਿਵੇਂ ਕਿ ਇੱਕ ਸੜਕ ਸੁਰੱਖਿਆ ਫੋਰਸ ਹੋ ਗਈ, ਜਾਂ ਫਿਰ ਫਰਿਸ਼ਤੇ ਸਕੀਮ ਹੈ ਕਿ ਕਿਵੇਂ ਮੁੱਢਲੀ ਸਹਾਇਤਾ ਦੇਣੀ ਆ, ਜਾਨ ਬਚਾਉਣ ਦਾ ਕੰਮ ਕਰਨਾ, ਉਹਦੇ ਲਈ ਨਵੀਆਂ ਗੱਡੀਆਂ ਪਾਈਆਂ ਗਈਆਂ, ਜਿਵੇਂ ਕਿ ਅੰਮ੍ਰਿਤਪਾਲ ਸੁਖਾਨੰਦ ਨੇ ਵੀ ਪਿੱਛੇ ਜੇ ਪ੍ਰਾਪਤੀ ਬਣਾਉਂਦੇ ਹੋਏ ਸਰਕਾਰ ਦੀ ਕਿਹਾ ਕਿ ਅਸੀਂ ਪੁਰਾਣੀਆਂ ਗੱਡੀਆਂ ਪੁਲਿਸ ਵਾਲੇ ਕਿਵੇਂ ਚੜ੍ਹ ਚੜ੍ਹ ਕੇ ਬੱਸਾਂ 'ਤੇ ਜਾਂਦੇ ਸੀ ਔਖੇ ਹੋ ਕੇ ਘੜੁੱਕਿਆਂ ਦੇ ਵਿੱਚ, ਹੋਰ ਬੜੀਆਂ ਉਦਾਹਰਨਾਂ ਦਿੱਤੀਆਂ ਗਈਆਂ, ਪਰ ਹੁਣ ਅਸੀਂ ਨਵੀਆਂ ਗੱਡੀਆਂ ਫਰੈਸ਼ ਕਢਾ ਕੇ ਦਿੱਤੀਆਂ, ਸੜਕ ਸੁਰੱਖਿਆ ਫੋਰਸ ਆ ਥਾਂ ਥਾਂ 'ਤੇ ਖੜ੍ਹੀ ਵੀ ਦਿਖਾਈ ਦਿੰਦੀ ਹੈ, ਜਿੱਥੇ ਵੀ ਅਸੀਂ ਨੈਸ਼ਨਲ ਹਾਈਵੇ 'ਤੇ ਜਾਈਏ ਜਾਂ ਪੰਜਾਬ ਦੇ ਕਿਸੇ ਵੀ ਕੋਨੇ 'ਤੇ ਸੜਕ 'ਤੇ ਨਿਕਲ ਜਾਈਏ, ਉਹ ਜ਼ਰੂਰ ਉਹਨਾਂ ਦੀਆਂ ਪ੍ਰਾਪਤੀਆਂ ਨੇ ਜਿਹੜੀਆਂ ਉਹ ਦਿਖਦੀਆਂ ਹੈ, ਪਰ ਇੰਨੀਆਂ ਕੁ ਪ੍ਰਾਪਤੀਆਂ ਦੇ ਨਾਲ ਢਿੱਡ ਨਹੀਂ ਭਰਨਾ, ਪੰਜਾਬ ਦੇ ਲੋਕਾਂ ਦਾ ਇਦੋਂ ਵੱਡਾ ਕਰਨਾ ਪੈਣਾ ਜਿਹੜੇ ਵਾਅਦੇ ਕੀਤੇ ਗਏ ਸੀ, ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ, ਚਾਹੇ ਉਹ ਸਿੱਖਿਆ ਖੇਤਰ ਦੀ ਹੈ, ਚਾਹੇ ਉਹ ਖੇਤੀਬਾੜੀ ਸੈਕਟਰ ਦੀ ਹੈ, ਚਾਹੇ ਉਹ ਮੈਡੀਕਲ ਸਹੂਲਤਾਂ ਦੀ ਗੱਲ ਹੋਵੇ, ਕਿਉਂਕਿ ਪਿੱਛੇ ਜੇ ਕਾਫੀ ਪ੍ਰਚਾਰ ਹੋਇਆ ਕਿ ਅਸੀਂ ਜਿਹੜਾ ਦਵਾਈ ਹੈ ਜਿਹੜੀ ਸਰਕਾਰੀ ਹਸਪਤਾਲਾਂ 'ਚ ਨਹੀਂ ਲਿਖ ਕੇ ਦਿੰਦਾ, ਡਾਕਟਰ ਨਹੀਂ ਮਿਲਦੀ ਅੰਦਰੋਂ, ਤਾਂ ਡਾਕਟਰ ਜਾਏਗਾ ਬਾਹਰ ਦਵਾਈ ਲੈ ਕੇ ਦੇਵੇਗਾ।
ਉਹ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਹੋਵੇਗਾ, ਕਿਉਂਕਿ ਕਈ ਥਾਵਾਂ 'ਤੇ ਸੋਸ਼ਲ ਮੀਡੀਆ 'ਤੇ ਅਸੀਂ ਵੀ ਵੀਡੀਓ ਦੇਖੀ ਹੈ ਕਿ ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਡਾਕਟਰ ਦਵਾਈ ਲਿਖੇ ਜੇ ਨਹੀਂ ਮਿਲੀ ਤਾਂ ਡਾਕਟਰ ਜਾਏਗਾ, ਉਨੀ ਦੇਰ ਮਰੀਜ਼ ਪਿੱਛੇ ਬੈਠੇ ਰਹਿਣਗੇ। ਇਸ ਤਰ੍ਹਾਂ ਹੁੰਦਾ ਨਹੀਂ। ਗੱਲ ਕਹਿਣ ਦਾ ਭਾਵ ਹੈ ਕਿ ਵਿਰੋਧੀਆਂ ਨੇ ਵੀ ਅੱਜ ਜਿਹੜਾ ਵੱਖ ਵੱਖ ਥਾਵਾਂ 'ਤੇ ਘੇਰਿਆ। ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਆਖਿਆ ਕਿ ਇਹ ਤਸੱਲੀ ਬਖਸ਼ ਨਹੀਂ ਹੈ, ਉਹਨਾਂ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ ਕਿ ਸਰਕਾਰ ਨੇ ਕੁਝ ਵੀ ਆ ਜਿਹੜਾ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ। ਇਸੇ ਤਰ੍ਹਾਂ ਬਾਕੀ ਵੀ ਕਹਿ ਰਹੇ ਆ। ਨਵਜੋਤ ਸਿੰਘ ਸਿੱਧੂ ਨੇ ਵੀ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਵੀ ਕੁਛ ਨਹੀਂ ਨਿਕਲਿਆ ਹੈਗਾ, ਸਭ ਖਾਲੀ ਪੀਪਾ ਉਵੇਂ ਖੜਕ ਰਿਹਾ ਜਿਵੇਂ ਪਹਿਲੇ ਖੜਕ ਰਿਹਾ ਸੀ। ਬਿਲਕੁਲ, ਸਾਰਿਆਂ ਨੂੰ ਮੌਕਾ ਮਿਲਿਆ ਜਿਹਨੂੰ ਬੋਲਣ ਦਾ, ਉਹਨਾਂ ਨੇ ਸਾਰਿਆਂ ਨੇ ਕਿਹਾ, ਖਾਸ ਕਰਕੇ ਜਿਹੜੀਆਂ ਭਾਵੇਂ ਉਹ ਬੀਜੇਪੀ ਹੋਵੇ ਅਤੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਹੋਵੇ, ਕਾਂਗਰਸ ਪਾਰਟੀ ਹੋਵੇ, ਕੋਈ ਲੀਡਰ ਹੋਵੇ, ਉਹਨਾਂ ਸਾਰਿਆਂ ਨੇ ਕਿਹਾ ਕਿ ਤਸੱਲੀ ਨਹੀਂ ਹੋਈ। ਪਰ ਦੂਜੇ ਪਾਸੇ ਸੱਤਾ ਧਿਰ ਵਾਲੇ ਕਹਿੰਦੇ ਕਿ ਆਮ ਜਿਹੜਾ ਵਿਰੋਧੀ ਧਿਰ ਦਾ ਕੰਮ ਹੀ ਹੁੰਦਾ ਬੋਲਣਾ, ਤਸੱਲੀ ਨਾ ਹੋਣਾ। ਉਹਨਾਂ ਨੇ ਕੀ ਕੀਤਾ, ਜੇ ਕਰਜ਼ੇ ਚੜ੍ਹਾਉਣ ਦੀ ਗੱਲ ਹੈ, ਕਿਉਂਕਿ ਅੱਜ ਕਾਂਗਰਸੀਆਂ ਨੇ ਜਿਹੜਾ ਪ੍ਰਦਰਸ਼ਨ ਕੀਤਾ ਉਹ ਬੜਾ ਆਕਰਸ਼ਿਤ ਦਾ ਕੇਂਦਰ ਰਿਹਾ। ਉਹਨਾਂ ਨੇ ਕਰਜ਼ੇ ਦੀ ਪੰਡ ਸਿਰ 'ਤੇ ਚੱਕ ਕੇ ਲਿਆਂਦੀ। ਜਿੰਨੇ ਵੀ ਕਾਂਗਰਸੀ ਵਿਧਾਇਕ ਆਏ, ਚੱਬੇਵਾਲ ਸਾਹਿਬ, ਉਹਨਾਂ ਨੇ ਜਿਹੜੀ ਕਰਜ਼ੇ ਦੀ ਪੰਡ ਸੰਬੋਲਿਕ ਤੌਰ 'ਤੇ, ਸੰਕੇਤਕ ਤੌਰ 'ਤੇ ਚੱਕ ਕੇ ਲਿਆਂਦੀ ਹੈ। ਉਹ ਕਹਿ ਰਹੇ ਸੀ, ਉਹਨਾਂ ਨੇ ਚੋਲੇ ਵੀ ਪਾਏ ਹੋਏ ਸੀ, ਜਿਵੇਂ ਕਿ ਆਮ ਆਦਮੀ ਪਾਰਟੀ ਵਾਲੇ ਚੋਲੇ ਪਾ ਕੇ ਆਉਂਦੇ ਹੁੰਦੇ ਸੀ। ਉਹਦੇ ਵਿੱਚ ਕਿਹਾ ਗਿਆ ਕਿ 2 ਸਾਲਾਂ 'ਚ ਕਰੀਬ 70,000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਉਹ ਲਿਆ ਗਿਆ ਅਤੇ ਇਹ ਕਿਵੇਂ ਉਤਾਰਿਆ ਜਾਏਗਾ, ਅਤੇ ਜਿਹੜਾ ਅਨੁਮਾਨਿਤ ਹੈ ਹੋਰ ਕਰਜ਼ਾ ਚੁੱਕਿਆ ਜਾਣਾ। ਇਸ ਹਿਸਾਬ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਕਰਜ਼ੇ ਦੀ ਰਾਸ਼ੀ ਜਿਹੜੀ ਘਟਣ ਵਾਲੀ ਨਹੀਂ, ਲਗਾਤਾਰ ਵੱਧਦੀ ਜਾਣੀ ਹੈ। ਜਦੋਂ ਵਿਰੋਧੀ ਧਿਰ ਸਵਾਲ ਚੁੱਕਦੀ ਹੈ ਕਿ ਕਰਜ਼ਾ ਕਿਵੇਂ ਚੁੱਕ ਲਿਆ ਇੰਨਾ, ਅਤੇ ਉਸ ਦੇ ਉੱਤੇ ਫਿਰ ਸਾਰੇ ਦਾ ਸਾਰਾ ਜਿਹੜਾ ਕਸੂਰ ਪਿਛਲਿਆਂ ਦਾ ਕੱਢਿਆ ਜਾਂਦਾ ਕਿ ਉਹਨਾਂ ਨੇ ਕਿਹੜਾ ਘੱਟ ਕੀਤੀ, ਜਿਹੜਾ 3.5 ਲੱਖ ਕਰੋੜ ਦਾ ਕਰਜ਼ਾ ਹੈ ਉਹ ਅਸੀਂ ਤਾਂ ਨਹੀਂ ਚੜ੍ਹਾਇਆ, ਪਿਛਲਿਆਂ ਨੇ ਚੜ੍ਹਾਇਆ। ਇਸੇ ਤਰ੍ਹਾਂ ਇੱਕ ਦੂਜੇ ਦੇ ਉੱਤੇ ਤੋਹਮਤਬਾਜ਼ੀ ਦੇ ਨਾਲ ਡੰਗ ਟਪਾਇਆ ਜਾ ਰਿਹਾ, ਪਰ ਕਰਜ਼ਾ ਲਾਉਣਾ ਕਿਵੇਂ ਹੈ, ਸਫਾਇਆ ਕਿਵੇਂ ਕਰਨਾ, ਲੋਕਾਂ ਨੂੰ ਤਰੱਕੀ ਦੇ ਰਾਹ 'ਤੇ ਕਿਵੇਂ ਤੋਰਨਾ, ਇਹਦੇ ਬਾਰੇ ਕੋਈ ਖਾਸ ਨੀਤੀ ਨਹੀਂ ਹਾਲੇ ਤੱਕ ਬਣ ਸਕੀ ਜਿਹਦੇ ਕਰਕੇ ਤਰੱਕੀ ਹੋ ਸਕੇ।